प्यारे दोस्तों कई दिन हो गए मैं कोई सियासत ਦੇ ਉੱਪਰ ਟਿੱਪਣੀ ਨਹੀਂ ਕੀਤੀ ਸੀ ਕਿ ਸਿਆਸੀ ਕੋਈ ਪੋਸਟ ਨਹੀਂ ਪਾਈ ਮੈਂ ਕਿਤਾਬਾਂ ਬਾਰੇ ਸੱਭਿਆਚਾਰ ਬਾਰੇ ਹੀ ਗੱਲਾਂ ਬਾਤਾਂ ਆਪਾਂ ਲਗਾਤਾਰ ਕਰ ਰਹੇ ਸੀ ਤੇ ਮੇਰਾ ਮਨ ਇਸ ਸਮੇਂ ਸੱਭਿਆਚਾਰ ਬਾਰੇ ਤੇ ਅਕਾਦਮਿਕਤਾ ਬਾਰੇ ਗੱਲਾਂ ਕਰਨ ਦੀ ਸੀ ਪਰ ਇੱਕ ਜਿਹੀ ਬਿਆਨ ਆਇਆ ਹੈਗਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕਿ ਜਿਸ ਉੱਤੇ ਟਿੱਪਣੀ ਕਰਨੀ ਬਹੁਤ ਜ਼ਰੂਰੀ ਆ ਉਹਨਾਂ ਨੇ ਇੱਕ ਆਖਿਆ ਹੈਗਾ ਕਿ ਭਾਰਤ ਦੇ ਕਰੰਸੀ ਨੋਟਾਂ ਉੱਤੇ ਲਕਸ਼ਮੀ ਦਾ ਅਤੇ ਗਣੇਸ਼ ਦੀਆਂ ਤਸਵੀਰਾਂ ਛਾਪਣੀਆਂ ਚਾਹੀਦੀਆਂ ਨੇ ਤੇ ਇਸ ਉੱਤੇ ਟਿੱਪਣੀ ਕਰਨੀ ਬਹੁਤ ਜ਼ਰੂਰੀ ਹੈਗੀ ਆ ਸਭ ਤੋਂ ਜਿਹੜੀ ਪਹਿਲੀ ਗੱਲ ਹੈਗੀ ਆ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਦੇ ਅਨਸਾਰ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ ਦੀ ਆਜ਼ਾਦੀ ਜਾਂ ਤੇ ਸਰਕਾਰ ਕਿਸੇ ਦੇ ਵਿਸ਼ੇਸ਼ ਧਰਮ ਦੇ ਲਈ ਕੋਈ ਵਿਸ਼ੇਸ਼ ਨਹੀਂ ਕਰ ਸਕਦੀ ਜਾਂ ਨਹੀਂ ਕਰਨਾ ਚਾਹੀਦਾ ਤਾਂ ਇੱਥੇ ਤਾਂ ਫਿਰ ਅਰਥ ਇਹ ਹੋਇਆ ਕਿ ਇੱਕ ਵਿਸ਼ੇਸ਼ ਧਰਮ ਦੀ ਜੇ ਦੇਵੀ-ਦੇਵਤੇ ਦੀ ਫੋਟੋ ਲਾਈ ਜਾਊਗੀ ਤੇ ਕੱਲ ਨੂੰ ਦੂਸਰੇ ਧਰਮਾਂ ਵਾਲੇ ਜਾਂ ਤਾਂ ਮੰਗ ਕਰਨਗੇ ਕਿ ਸਾਡੇ ਦੇਵੀ-ਦੇਵਤੇ ਦੀ ਫੋਟੋ ਵੀ ਲਾਈ ਜਾਵੇ ਤੇ ਜਾਂ ਯਾਨੀ ਕਿ ਜੇ ਨਹੀਂ ਲਾਈ ਜਾਂਦੀ ਤਾਂ ਉਹਨਾਂ ਦੀਆਂ ਭਾਵਨਾਵਾਂ ਆहत ਹੋਣਗੀਆਂ ਇਹ ਫੰਡਾਮੈਂਟਲ ਰਾਈਟਸ ਦੀ ਹੀ ਉਲੰਘਣਾ ਹੈਗੀ ਹੈ ਦੂਸਰਾ ਹੈ ਕਿ ਜਿਹੜੀ 42ਵੀਂ ਐਮੈਂਡਮੈਂਟ ਹੋਈ ਆ ਉਹਦੇ ਅਨਸਾਰ ਜਿਹੜਾ ਇੰਡੀਅਨ ਜਿਹੜਾ ਕਨਸਟੀਟਿਊਸ਼ਨ ਹੈਗਾ ਉਹ ਸੈਕੂਲਰ ਹੈ ਤੇ ਜਿਹੜਾ ਸੈਕੂਲਰ ਤੇ ਸੋਸ਼ਲਿਸਟ ਹੈਗਾ ਜੇ ਸੋਸ਼ਲਿਸਟ ਸ਼ਬਦ ਨੂੰ ਛੱਡ ਵੀ ਦਈਏ ਤੇ ਜੇ ਸੈਕੂਲਰ ਆ ਤਾਂ ਉਹ ਹਾਲਤ ਵਿੱਚ ਇਸ ਕਿਸਮ ਦੀ ਗੱਲ ਕਰਨੀ ਜਾਂ ਮੰਗ ਠਾਉਣੀ ਵਾਜਬ ਨਹੀਂ ਆ ਤੀਸਰੀ ਗੱਲ ਕਿ ਇਹ ਵਿਗਿਆਨਕ ਤੌਰ ਤੇ ਵੀ ਸਹੀ ਨਹੀਂ ਆ ਜੇ ਸੰਵਿਧਾਨਕ ਤੌਰ ਤੇ ਨਹੀਂ ਸਹੀ ਤੇ ਵਿਗਿਆਨਕ ਤੌਰ ਤੇ ਵੀ ਸਹੀ ਨਹੀਂ ਵਗਿਆਨਿਕ ਤੌਰ ਤੇ ਇਹ ਕਿ ਜੇ ਸਿਰਫ ਨੋਟਾਂ ਦੇ ਉੱਤੇ ਲక్ష్ਮੀ ਦੀ ਤਸਵੀਰ ਲਗਾਇਆ ਜਾਂ ਗਣੇਸ਼ ਜੀ ਦੀ ਤਸਵੀਰ ਲਗਾਇਆ ਹੀ ਕਿਸੇ ਦੇ ਘਰ ਸਮ੍ਰiddhi ਆਉਂਦੀ ਹੁੰਦੀ ਤਾਂ ਸਾਰੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੇ ਘਰ ਸਿਰਫ ਇੱਕ ਇੱਕ ਤਸਵੀਰ ਹੀ ਵੰਡਣੀ ਹੈਗੀ ਆ ਫਿਰ ਆਟਾ ਦਾਲ ਵੰਡਣ ਦੀ ਵੀ ਜ਼ਰੂਰਤ ਨਹੀਂ ਫਿਰ ਮਹੱਲਾ ਕਲੀਨਿਕ ਖੋਲਣ ਦੀ ਵੀ ਜ਼ਰੂਰਤ ਨਹੀਂ ਤੇ ਉਹਨਾਂ ਦੀਆਂ ਸਾਰੀ ਗਰੀਬੀ ਦੂਰ ਹੋ ਜੂਗੀ ਕਿ ਜੇ ਉਹ ਤਸਵੀਰਾਂ ਦੇ ਨਾਲ ਹੀ ਆਉਣੇ ਹੋਵੇ। ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਵਾਲੀ ਗੱਲ ਲੱਗਦੀ ਹੈਗੀ ਹੈ ਕਿ IITs ਦੇ ਵਿੱਚੋਂ ਖੜਕਪੁਰ ਦੇ ਵਿੱਚੋਂ ਪੜਿਆ ਹੋਇਆ ਇੱਕ ਸਾਇੰਸ ਪੜਿਆ ਹੋਇਆ ਵਿਗਿਆਨ ਪੜਿਆ ਹੋਇਆ ਬੰਦਾ ਇਸ ਕਿਸਮ ਦੀ ਆ ਵਿਗਿਆਨਕ ਗੈਰ ਤਰਕਸ਼ੀਲ ਗੱਲ ਕਰ ਰਿਹਾ ਹੈਗਾ। ਇਹ ਮੈਨੂੰ ਇਸ ਦਾ ਤੀਸਰਾ ਪੱਖ ਵਿਗਿਆਨਕ ਤੌਰ ਤੇ ਵੀ ਸਹੀ ਨਹੀਂ ਲੱਗਦਾ। ਉਰਸ ਤੋਂ ਅਗਲੀ ਜੇ ਅਸੀਂ ਗੱਲ ਸਿਆਸਤ ਦੀ ਕਰੀਏ ਤਾਂ ਸਿਆਸਤ ਦੇ ਤੌਰ ਤੇ ਜੇ ਇਸ ਬਿਆਨ ਨੂੰ ਲਈਏ ਕਿ ਇਹ ਬਿਆਨ ਦਾ ਅਰਥ ਸਿੱਧਾ ਸਾਦਾ ਇਹ ਹੈ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਹਿੰਦੂਤਵ ਦੇ ਅਜੰਡੇ ਦੇ ਉੱਤੇ ਜਿੱਤੀ ਆ ਜਾਂ ਹਿੰਦੂਤਵ ਦਾ ਅਜੰਡਾ ਚੱਲ ਰਿਹਾ ਹੈਗਾ ਉਹ ਗੁਜਰਾਤ ਦੀਆਂ ਚੋਣਾਂ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਉਹ ਉਹਨਾਂ ਵੋਟਾਂ ਨੂੰ ਸੰਨ ਲਾਉਣ ਲਈ ਆਪਣੇ ਆਪ ਨੂੰ ਵਧੇਰੇ ਕੱਟੜ ਹਿੰਦੂ ਦਰਸਾਉਣ ਲਈ ਇਹ ਕੰਮ ਕਰ ਰਿਹਾ ਹੈ ਤਾਂ ਉਹਦਾ ਸਿੱਧਾ ਸਹਾਧਾਰਥ ਹੈਗਾ ਕਿ ਜਿਹੜਾ ਉਹਦੇ ਤੇ ਦੋਸ਼ ਲਾਇਆ ਜਾਂਦਾ ਹੈਗਾ ਕਿ ਉਹ ਆਰਐਸਐਸ ਦੀ ਵੀ ਟੀਮ ਹੈਗੀ ਆ ਕਿ ਭਾਰਤੀ ਜਨਤਾ ਪਾਰਟੀ ਨਾਲ ਉਹਦਾ ਵਿਰੋਧ ਕੋਈ ਹੋ ਸਕਦਾ ਹੈਗਾ ਪਰ ਅਨਾਲਿਸਿਸ ਨਾਲ ਉਹਦਾ ਕੋਈ ਵਿਰੋਧ ਨਹੀਂ ਆ ਸਗੋਂ ਆਰਐਸਐਸ ਤੇ ਏਜੰਡੇ ਨੂੰ ਇਹ ਸਿੱਧ ਕਰਨਾ ਚਾਹੁੰਦਾ ਕਿ ਮੈਂ ਵਧੇਰੇ ਵਧੇਰੇ ਉਗਰ ਰੂਪ ਵਿੱਚ ਵਧੇਰੇ ਤੇਜ਼ੀ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕਦਾ ਹੈਗਾ ਕਿ ਸਿਆਸੀ ਦੌਰ ਤੇ ਫਿਰ ਜਿਹੜਾ ਇਲਜ਼ਾਮ ਲਾਇਆ ਜਾਂਦਾ ਵਿਰੋਧੀਆਂ ਵੱਲੋਂ ਉਹ ਵੀ ਫਿਰ ਕਾਫੀ ਹੱਦ ਤੱਕ ਸੱਚਾ ਸਾਬਤ ਹੁੰਦਾ ਹੈਗਾ ਅਗਲੀ ਜਿਹੜੀ ਗੱਲ ਹੈਗੀ ਆ ਉਹ ਗੱਲ ਜਿਹੜੀ ਮਹੱਤਵਪੂਰਨ ਹੈਗੀ ਆ ਉਹ ਪੰਜਾਬ ਪੋਲਿਟਿਕਸ ਨਾਲ ਸੰਬੰਧ ਰੱਖਦੀ ਆ ਕਿ ਆਖਰ ਫਿਰ ਜੇ ਪੰਜਾਬ ਮੈਜੋਰਟੀ ਦਾ ਸੂਬਾ ਹੈਗਾ ਤਾਂ ਉਸ ਹਾਲਤ ਦੇ ਵਿੱਚ ਜਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਹੈਗੀ ਆ ਕਿ ਉਹ ਵੀ ਇਹੀ ਮੰਗ ਕਰੂਗੀ ਖਾਸ ਕਰਕੇ ਉਹਦੀ ਸਿਆਸੀ ਮਜਬੂਰੀ ਤੇ ਇਹ ਆ ਕਿ ਆ ਆਪਣੇ ਸੁਪਰੀਮੋ ਦੇ ਕੀ ਉਹ ਬਿਆਨ ਦੇ ਅਗੇਂਸਟ ਜਾਊਗੀ ਕਿ ਉਹ ਆਪਣੇ ਸੁਪਰੀਮੋ ਦੇ ਟਵੀਟ ਨੂੰ ਰੀਟਵੀਟ ਕਰੇਗੀ ਦੂਸਰੇ ਪਾਸੇ ਇਹ ਕਿ ਕੀ ਉਹ ਫਿਰ ਇੱਕ ਪਾਸੇ ਤਾਂ ਇਹ ਕਿ ਜਿਹੜਾ ਇੱਥੇ ਬਹੁਗਣਤੀ ਭਾਈਚਾਰਾ ਵਸਦਾ ਹੈਗਾ ਸਿੱਖ ਭਾਈਚਾਰਾ ਵਸਦਾ ਹੈਗਾ ਕਿ ਉਹ ਉਹ ਜਿਹੜੀ ਇਸ ਕਿਸਮ ਦੀ ਡਿਮਾਂਡ ਹੈਗੀ ਆ ਕਿ ਫੇਰ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਕਿਉਂ ਨਹੀਂ ੴ ਦੀ ਤਸਵੀਰ ਕਿਉਂ ਨਹੀਂ ਆਪਾਂ ਜੀ ਇੰਨਾ ਕਿ ਤਸਵੀਰਾਂ ਨੂੰ ਛੱਡ ਵੀ ਦਈਏ ਤੇ ਜਿਹੜਾ ਮੇਰਾ ਮਤ ਹੈਗਾ ਕਿ ਜਿਹੜਾ ਵੀ ਕੋਈ ਸਰਕਾਰੀ ਇਸ਼ਤਿਹਾਰਾਂ ਦੇ ਉੱਤੇ ਵੀ ਕਿਸੇ ਵਿਅਕਤੀ ਵਿਸ਼ੇਸ਼ ਦੀ ਤਸਵੀਰ ਨਹੀਂ ਹੋਣੀ ਚਾਹੀਦੀ ਸਾਡੇ ਕੋਲ ਮਾ ਕੇ ਇੱਕ ਸ਼ੇਰ ਦੇ ਚਿੰਨ ਵਾਲਾ ਜਿਹੜਾ ਸਾਡਾ ਐਲਬਮ ਤੇ ਇੱਕ ਜਿਹੜਾ ਹੈਗਾ ਸਾਡੇ ਕੋਲੇ ਤੇ ਇੱਕ ਜਿਹੜਾ ਸਾਡੇ ਕੋਲੇ ਹੈਗਾ ਤਰੰਗਾ ਚੰਡਾ ਇਸ ਤੋਂ ਇਲਾਵਾ ਕੋਈ ਵੀ ਜਿਹੜਾ ਧਾਰਮਿਕ ਚਿੰਨ੍ਹ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਚਿੰਨ੍ਹ ਨਹੀਂ ਹੋਣਾ ਚਾਹੀਦਾ ਤੇ ਵਿਅਕਤੀ ਵਿਸ਼ੇਸ਼ ਦੀਆਂ ਫੋਟੋਆਂ ਵੀ ਨਹੀਂ ਲੱਗਣੀਆਂ ਚਾਹੀਦੀਆਂ ਉਸ ਹਾਲਤ ਦੇ ਵਿੱਚ ਅਸੀਂ ਦੇਵੀ-ਦੇਵਤਿਆਂ ਦੀਆਂ ਫੋਟੋਆਂ ਲਗਾਉਣ ਦੀ ਗੱਲ ਕਰ ਰਹੇ ਹਾਂ ਉਸ ਸਥਿਤੀ ਦੇ ਵਿੱਚ ਪੰਜਾਬ ਦੀ ਜਿਹੜੀ ਇਕਾਈ ਆ ਉਹ ਤਾਂ ਹਾਲਤ ਤਾਂ ਸੱਪ ਦੇ ਮੂੰਹ ਕੋੜ ਕਿਰਤੀ ਵਾਲੀ ਇੱਕ ਗੱਲ ਹੋ ਸਕਦੀ ਹੈਗੀ ਆ ਕਿ ਉਹ ਕੀ ਕਰੇ ਤੇ ਕੀ ਨਾ ਕਰੇ ਔਰ ਉਸ ਤੋਂ ਵੀ ਜਿਹੜੀ ਅਗਲਾ ਫੜਾ ਹੈਗਾ ਉਹ ਇਹ ਬੜਾ ਹੈਰਾਨੀ ਵਾਲੀ ਗੱਲ ਲੱਗਦੀ ਹੈਗੀ ਆ ਕਿ ਕੀ ਉਸ ਦਾ ਇਸ ਨੂੰ ਫਾਇਦਾ ਹੋਊਗਾ ਕਿ ਲੱਗਦਾ ਹੈਗਾ ਕਿ ਇਹ ਇੱਕ ਆਮ ਸੋਚਿਆ ਜਾ ਰਿਹਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਸ ਦਾ ਜਿਹੜਾ ਬਦਲ ਆ ਜਿਹੜਾ ਉਹ ਅਜੇਤੂ ਆ ਤੇ ਜੇ ਉਹਦਾ ਕੋਈ ਬਦਲ ਹੈਗਾ ਤੇ ਕਾਂਗਰਸ ਪਾਰਟੀ ਨਹੀਂ ਬਦਲ ਬਣ ਰਹੀ ਤਾਂ ਉਸ ਤੇ ਲੋਕਾਂ ਦੀਆਂ ਆਸਾਂ ਆਮ ਆਦਮੀ ਪਾਰਟੀ ਦੇ ਵਿੱਚ ਹੀ ਸੀਗੀਆਂ ਪਰ ਆਮ ਆਦਮੀ ਪਾਰਟੀ ਜੇ ਇਹ ਕਹੇ ਕਿ ਮੈਂ ਭਾਰਤੀ ਜਨਤਾ ਪਾਰਟੀ ਤੋਂ ਉਹਦੇ ਹਥਿਆਰ ਖੋ ਕੇ ਉਹਦੇ ਨਾਲ ਉਹਦੇ ਹਥਿਆਰਾਂ ਨਾਲ ਲੜਾਈ ਲੜਨ ਨੂੰ ਭਾਵੇਂ ਹਿੰਦੂਤਵ ਦੇ ਝੰਡੇ ਤੇ ਲੜਾਈ ਲੜਨ ਨੂੰ ਤਾਂ ਸਿਆਸੀ ਤੌਰ ਤੇ ਵੀ ਇਹ ਕੋਈ ਜਿਹੜਾ ਉਹਦਾ ਉਹਦਾ ਫੈਸਲਾ ਜਾਂ ਇਹ ਜਿਹੜਾ ਉਹਨੇ ਦੀ ਬਿਆਨ ਇਹ ਬਹੁਤਾ ਵਧੀਆ ਨਹੀਂ ਜਾਪਦਾਗਾ ਇਹ ਲੱਗਦਾ ਹੈਗਾ ਕਿ ਪੰਜਾਬ ਦੇ ਵਿੱਚ ਜਦੋਂ ਚੋਣਾਂ ਲੜੀਆਂ ਗਈਆਂ ਤੇ ਜਦੋਂ ਦਫ਼ਤਰਾਂ ਦੇ ਦੇ ਲਈ ਆਦੇਸ਼ ਦਿੱਤੇ ਗਏ ਕਿ ਦੋ ਤਸਵੀਰਾਂ ਦੀ ਗੱਲ ਕੀਤੀ ਗਈ ਕਿ ਕੰਬੇਦਕਰ ਦੀ ਤਸਵੀਰ ਦੀ ਗੱਲ ਕੀਤੀ ਗਈ ਇੱਕ ਭਗਤ ਸਿੰਘ ਦੀ ਤਸਵੀਰ ਦੀ ਗੱਲ ਕੀਤੀ ਗਈ ਹੁਣ ਨੋਟਾਂ ਉੱਤੇ ਛਾਪਣ ਲਈ ਨਾ ਭਗਤ ਸਿੰਘ ਦੀ ਗੱਲ ਕੀਤੀ ਗਈ ਹੈ ਨਾ ਹੁਣ ਮੜ ਕੇ ਅੰਬੇਦਕਰ ਦੀ ਗੱਲ ਕੀਤੀ ਗਈ ਹੈ ਤੇ ਦੂਸਰਾ ਇਹ ਕਿ ਅੰਬੇਦਕਰ ਜੀ ਨੇ ਆਖਰੀ ਸਮੇਂ ਦੇ ਵਿੱਚ ਬੁੱਧ ਧਰਮ ਨੂੰ ਅ ਜਿਹਨੂੰ ਕਹਿ ਸਕਦੇ ਆ ਕਿ ਬੁੱਧ ਧਰਮ ਵਿੱਚ ਪ੍ਰਵੇਸ਼ ਕਰ ਲਿਆ ਸੀਗਾ ਬੁੱਧ ਧਰਮ ਦੀ দীક્ષા ਲੈ ਲਈ ਸੀਗੀ ਤਾਂ ਉਸ ਸਮੇਂ ਜਿਹੜੇ ਉਹਨਾਂ ਨੇ 22 ਪ੍ਰਣ ਦਰღਾਏ ਸੀਗੇ ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਇਹਨਾਂ ਦੇ ਵੀ ਦੇਵਤਿਆਂ ਨੂੰ ਮੈਂ ਕਿ ਮੈਂ ਨਹੀਂ ਮੰਨਦਾ ਤਾਂ ਕਿਉਂਕਿ ਨਿਸ਼ਚੈ ਹੀ ਕਿ ਬੁੱਧ ਧਰਮ ਦੇ ਵਿੱਚ ਉਹਨਾਂ ਦੇ ਵੀ ਦੇਵਤਿਆਂ ਦਾ ਉਹ ਸਥਾਨ ਨਹੀਂ ਆ ਤਾਂ ਉਸ ਸਥਿਤੀ ਦੇ ਵਿੱਚ ਤਾਂ ਸਥਿਤੀ ਹੋਰ ਵੀ ਬੜੀ ਗੁੰਝਲਦਾਰ ਹੋ ਜਾਂਦੀ ਹੈਗੀ ਆ ਕਿ ਉਸ ਮੰਤਰੀ ਨੂੰ ਤਾਂ ਤੁਸੀਂ ਜਿਹੜਾ ਉਸ ਉਸ ਪ੍ਰਾਨ ਨੂੰ ਦੁਆਰਾ ਦਰਹਣਾਉਂਦਾ ਉਸ ਮੰਤਰੀ ਨੂੰ ਤਾਂ ਗੌਤਮ ਨੂੰ ਤਾਂ ਤੁਸੀਂ ਕੈਬਨਟ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਗੱਲ ਕਰਦੇ ਆਂ ਦੂਸਰੇ ਪਾਸੇ ਤੁਸੀਂ ਕੀ ਕਰ ਰਹੇ ਹੈਗੇ ਕਿ ਖੁਦ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਲਗਾਉਣ ਦੀ ਗੱਲ ਕਰ ਰਹੇ ਹੈਗੇ ਇਹਦੇ ਹੋਰ ਵੀ ਬੜੇ ਪੱਖ ਨੇ ਜਿੰਨਾ ਬਾਰੇ ਗੱਲ ਕੀਤੀ ਜਾ ਸਕਦੀ ਆ ਖਾਸ ਕਰਕੇ ਅਜਿਹੇ ਪੱਖ ਕਿ ਕੀ ਇਉਂ ਇੱਕ ਧਰਮ ਦੇ ਦੇਵੀ-ਦੇਵਤਿਆਂ ਨੂੰ ਲਾ ਕੇ ਕਿ ਦੂਸਰੇ ਧਰਮ ਦੇ ਸਿੰਬਲ ਉੱਥੇ ਲਾਏ ਜਾਣਗੇ ਜਾਂ ਨਹੀਂ ਲਾਏ ਜਾਣਗੇ ਜਾਂ ਕੀ ਇਹ ਵਾਜਬ ਆ ਬੋਸਾਰੇ ਲੋਕ ਇਹ ਵੀ ਕਹਿੰਦੇ ਆ ਕਿ ਇਹ ਫਿਰ ਮੀਟ ਦੀਆਂ ਦੁਕਾਨਾਂ ਤੇ ਵੀ ਚੱਲਣੇ ਆਂ ਸ਼ਰਾਬ ਦੀਆਂ ਦੁਕਾਨਾਂ ਤੇ ਵੀ ਚੱਲਣੇ ਆਂ ਫਿਰ ਜਦੋਂ ਗਿਣ ਲੱਗੇ ਉਦੋਂ ਇਸ ਨੂੰ ਥੁੱਕ ਵੀ ਲੱਗਣਾ ਹੈਗਾ ਤਾਂ ਕੀ ਇਹ ਦੇਵੀ ਦੇਵਤਿਆਂ ਦਾ ਮਾਨ ਕੀਤਾ ਜਾਂਦਾ ਜਾਂ ಅಪਮਾਨ ਕੀਤਾ ਜਾਂਦਾ ਮੈਂ ਇਹ ਗੱਲ ਨੂੰ ਨਹੀਂ ਮੰਨਦਾ ਮੈਂ ਤਾਂ ਸਾਂਗਾ ਉਹ ਇਸ ਤੋਂ ਵੀ ਇੱਕ ਅਗਲੀ ਗੱਲ ਕਹਿਣੀ ਚਾਹੁੰਨਾ ਕਿ ਸ਼ਾਇਦ ਇਸ ਗੱਲ ਦਾ ਕੀ ਗੱਲ ਜੀ ਨੂੰ ਨਹੀਂ ਪਤਾ ਕਿ ਕੁਝ ਚੀਜ਼ਾਂ ਜਿਹੜੀਆਂ ਸਾਡੇ ਲੋਕ ਧਾਰਾ ਦੇ ਵਿੱਚ ਬਣ ਜਾਂਦੀਆਂ ਜਿਹੜੀ ਉਦਾਹਰਨ ਦੇ ਰਹੇ ਹੈਗੇ ਆ ਕਿ ਇੰਡੋਨੇਸ਼ੀਆ ਦੇ ਵਿੱਚ Hindu ਦੇਵੀ ਦੇਵਤੇ ਦੀਆਂ ਤਸਵੀਰਾਂ ਲਾਈਆਂ ਜਾਂਦੀਆਂ ਐਸ ਤਰ੍ਹਾਂ ਤਾਂ ਬਹੁਤ ਸਾਰੇ ਜਿਹੜੇ ਹਵਾਈ ਅੱਡੇ ਨੇ ਇੰਡੋਨੇਸ਼ੀਆ ਹੋਇਆ THAILAND ਹੋਇਆ ਇਹਨਾਂ ਦੇ ਉੱਤੇ Hindu ਸੱਭਿਆਚਾਰ ਦਾ ਨਾ ਕਿ ਇਹ ਭਾਰਤੀ ਸੱਭਿਆਚਾਰ ਦਾ ਅਸਰ ਹੈਗਾ ਉੱਥੇ ਇਹ ਕਲਚਰਲ ਸਾਈਨ ਨੇ ਉੱਥੇ ਇਸ ਤਰ੍ਹਾਂ ਤਾਂ ਸਮੁੰਦਰ ਮੰਤਨ ਦੀਆਂ ਤਸਵੀਰ ਵੀ ਨੇ ਸਤਨਾਤਾ ਉੱਥੇ ਹਨੂਮਾਨ ਦੀ ਤਸਵੀਰ ਵੀ ਹੈਗੀ ਆ ਪਰ ਉਹ ਕਲਚਰਲ ਸਾਈਨ ਹੈਗੀ ਆ ਕਲਚਰਲ ਸਾਈਨ ਆ ਉੱਥੇ ਉਹ ਰਿਲੀਜੀਅਸ ਸਾਈਨ ਨਹੀਂ ਆ ਵੈਸੇ ਆਪਾਂ ਜਾਣਦੇ ਆ ਕਿ ਇੰਡੋਨੇਸ਼ੀਆ ਜਿਹੜਾ ਹੈਗਾ ਉਹ ਮੁਸਲਮਾਨ ਬਹੁਗਿਣਤੀ ਵਾਲਾ ਦੇਸ਼ ਹੈਗਾ ਭਾਵੇਂ ਕਿ ਬਾਲੀ ਦੇ ਵਿੱਚ ਹਿੰਦੂ ਬਹੁਗਿਣਤੀ ਵਾਲੇ ਲੋਕ ਰਹਿੰਦੇ ਪਰ ਉਹਨਾਂ ਨੇ ਵੀ ਉਹ ਨੋਟ ਕੁੰਝ ਦੇਣ ਲਈ ਚਾਪੇ ਸੀਗੇ ਉਹ ਨੋਟ ਬੰਦ ਕਰ ਦਿੱਤੇ ਏਸ ਕਿਸਮ ਦੀ ਜਿਹੜੀ ਮੰਗ ਹੈਗੀ ਉਹ ਕਰਨੀ ਵਾਜਬ ਨਹੀਂ ਬਣਦੀ ਸੀਗੀ ਤੇ ਇਹ ਠੀਕ ਰਸਤਾ ਵੀ ਨਹੀਂ ਸੀਗਾ ਮੈਨੂੰ ਲੱਗਦਾ ਹੈਗਾ ਕਿ ਵੋਟਾਂ ਦੀ ਖਾਤਰ ਜਿਹੜਾ ਵਿਅਕਤੀ ਭਾਵਨਾਵਾਂ ਨਾਲ ਇਸ ਤਰ੍ਹਾਂ ਖਲਵਾੜ ਕਰ ਸਕਦਾ ਹੈ ਜਾਂ ਆਵ ਵਿਗਿਆਨਕ ਅਤਰਸ਼ਕਸ਼ੀਲ ਗੱਲਾਂ ਕਰ ਸਕਦਾ ਹੈਗਾ ਉਹ ਵਿਅਕਤੀ ਫਿਰ ਕੁਝ ਵੀ ਕਰ ਸਕਦਾ ਹੈਗਾ ਇਸ ਗੱਲ ਨਾਲ ਬੜੀ ਨਿਰਾਸ਼ਾ ਹੋਈ ਹੈ ਤੇ ਜਿਹੜਾ ਪੰਜਾਬ ਦਾ ਆਮ ਆਦਮੀ ਪਾਰਟੀ ਦਾ ਯੂਨਿਟ ਹੈਗਾ ਜਾਂ ਆਮ ਆਦਮੀ ਪਾਰਟੀ ਦੀ ਇਕਾਈ ਹੈ ਉਹਦੇ ਵੀ ਬੜੀ ਇੱਕ ਮੁਸੀਬਤ ਖੜੀ ਕਰ ਦਿੱਤੀ ਆ ਕਿ ਉਹ ਕੀ ਕਰੇ ਤੇ ਕੀ ਨਾ ਕਰੇ ਮੈਨੂੰ ਲੱਗਦਾ ਹੈਗਾ ਕਿ ਕੇਜੀ ਵੱਲੋਂ ਆਪਣੇ ਇਸ ਬਿਆਨ ਤੇ ਆਪਣੇ ਇਸ ਵਿਚਾਰ ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈਗਾ ਤੇ ਉਸ ਨੂੰ ਇਹ ਆਪਣਾ ਬਿਆਨ ਵਾਪਸ ਲੈ ਲੈਣਾ ਚਾਹੀਦਾ ਹੈਗਾ ਮੈਨੂੰ ਤਾਂ ਇਹ ਵੀ ਲੱਗਦਾ ਹੈਗਾ ਕਿ ਦੂਸਰੇ ਜਿਹੜੀਆਂ ਘਟਗਣਤੀਆਂ ਨੇ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈਗੀ ਕਿ ਉਸ ਨੇ ਵੋਟਾਂ ਦੇ ਲਾਲਚ ਵਿੱਚ ਇੱਕ ਵਿਸ਼ੇਸ਼ ਜੜ ਧਰਮ ਦੀ ਪਰ ਪੈਰਵਾਹੀ ਕਰਦੇ ਆ ਇੱਥੋਂ ਤੱਕ ਕਹਿ ਦਿੱਤਾ ਕਿ ਨੋਟਾਂ ਉਸ ਦੇਵੀ ਦੇਵਤੇ ਦੀ ਤਸਵੀਰਾਂ ਲੱਗਣੇ ਚਾਹੀਦੀਆਂ ਸਾਡਾ ਕਿਸੇ ਵੀ ਦੇਵੀ ਦੇਵਤੇ ਦੇ ਨਾਲ ਕੋਈ ਵੀ ਵਿਰੋਧ ਨਹੀਂ ਆ ਹਰੇਕ ਵਿਅਕਤੀ ਨੂੰ ਆਪਣੇ ਅਕੀਦੇ ਦੇ ਅਨਸਾਰ ਜੀਣ ਦਾ ਮੰਨਣ ਦਾ ਅਧਿਕਾਰ ਹੋਣਾ ਚਾਹੀਦਾ ਹੈ ਪਰ ਜਿਹੜੇ ਨਹੀਂ ਮੰਨਣ ਵਾਲੇ ਉਹਨਾਂ ਦੀ ਵੀ ਆਵਾਜ਼ ਸੁਣਨੀ ਚਾਹੀਦੀ ਹੈ ਤੇ ਜਿਹੜੇ ਜਿਹੜੇ ਉਸ ਅਕੀਦੇ ਨਾਲ ਸਹਿਮਤ ਨਹੀਂ ਕੋਈ ਆਪਣਾ ਵੱਖਰਾ ਕੀਦਾ ਰੱਖਦੇ ਆ ਉਹਨਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਤਾਂ ਉਸ ਸਥਿਤੀ ਦੇ ਵਿੱਚ ਇਹ ਬਿਆਨ ਨਰੂਲ ਉਹਨਾਂ ਦਾ ਇੱਕ ਸਿਆਸੀ ਬਿਆਨ ਹੈਗਾ ਜਿਹੜਾ ਕਿ ਇੱਕ ਸੀਲਜਮੈਨ ਵਾਲਾ ਬਿਆਨ ਆ ਇਹ ਸਟੇਟਸਮੈਨ ਵਾਲਾ ਬਿਆਨ ਨਹੀਂ ਆ ਤਾਂ ਇਸ ਬਿਆਨ ਦੇ ਨਾਲ ਕੇਜਰੀਵਾਲ ਦੀ ਜਿਹੜੀ ਬਣੀ ਹੋਈ ਸ਼ਬੀ ਹੈਗੀ ਆ ਉਹ ਕੋਈ ਬਹੁਤੀ ਵਧੀਆ ਨਹੀਂ ਹੁੰਦੀ ਕਿ ਸਗੋਂ ਧੁੰਦਲੀ ਹੁੰਦੀ ਹੈਗੀ ਹੈ ਕਿ ਜਿਹੜੇ ਵਿਅਕਤੀ ਦਾ ਇਹ ਇੱਕ ਵੋਟਾਂ ਵਟੋਰਨ ਲਈ ਵੋਟਾਂ ਨੂੰ ਖਿੱਚਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਨਿੱਜੀ ਤੌਰ ਤੇ ਮੈਨੂੰ ਇਹ ਗੱਲ ਬੜੀ ਬੁਰੀ ਲੱਗੀ ਤੇ ਪੰਜਾਬ ਦੀ ਇਕਾਈ ਦੇ ਲਈ ਤਾਂ ਇਹ ਇੱਕ ਮੁਸੀਬਤ ਹੈ ਮੈਨੂੰ ਹਜੇ ਵੀ ਲੱਗਦਾ ਹੈ ਸਕਿਡੂਲੇ ਪੇਰਾਂ ਦਾ ਕੁਝ ਨਹੀਂ ਵਿਗੜਿਆ ਵੈਸੇ ਵੀ ਉਹਨਾਂ ਨੂੰ ਯੂ ਟਰਨ ਮਾਸਟਰ ਕਿਹਾ ਜਾਂਦਾ ਉਹ ਕਹਿ ਦੇਣ ਕਿ ਇਹ ਮੇਰੇ ਨਿੱਜੀ ਵਿਚਾਰ ਸੀ ਕਿ ਪਾਰਟੀ ਦਾ ਇਹ ਕੋਈ ਸੋਚ ਨਹੀਂ ਗਈ ਤੇ ਇਸ ਨੂੰ ਮੈਂ ਬਿਆਨ ਨੂੰ ਵਾਪਸ ਲੈ ਲੈਣਾ ਹੈਗਾ ਇਸ ਨਾਲ ਹੀ ਆਮ ਆਦਮੀ ਪਾਰਟੀ ਦੀ ਭਲਾਈ ਹੈ